ਜਲੰਧਰ ਨੇ ਅਟਲ ਮਿਸ਼ਨ ਸਕੀਮ ਦੀ ਈ ਗਵਰਨਸ ਦੇ ਤਹਿਤ ਲੋਕਾਂ ਨੂੰ ਘਰਾਂ ਵਪਾਰਕ ਅਤੇ ਹੋਰ ਨਕਸ਼ੇ ਆਨਲਾਈਨ ਪਾਸ ਕਰਨ ਦੀ ਸਹੂਲਤ ਵਾਲੀ ਯੋਜਨਾ ਤੇ ਕੰਮ ਸ਼ੁਰੂ ਕਰਦੇ ਹੋਏ 2 ਮਈ ਨੂੰ ਦਿੱਲੀ ਵਿੱਚ ਪੰਜਾਬ ਸਮੇਤ 5 ਰਾਜਾਂ ਦੇ ਨਿਗਮਾਂ ਕਮੇਟੀਆਂ ਤੇ ਪ੍ਰਤੀਨਿਧੀਆਂ ਦੀ ਮੀਟਿੰਗ ਸੱਦ ਲਈ ਜਿਸ ਦੇ ਵਿੱਚ ਨਕਸ਼ੇ ਆਨਲਾਈਨ ਪਾਸ ਕਰਨ ਬਾਰੇ ਨਾ ਸਿਰਫ ਜਾਣਕਾਰੀ ਦਿੱਤੀ ਜਾਣੀ ਹੈ ਸਗੋਂ ਇਹ ਯੋਜਨਾ ਜੁਲਾਈ ਮਹੀਨੇ ਤੱਕ ਲਾਗੂ ਹੋਣ ਦੀ ਵੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਸਾਲਾਨਾ 25,000 ਤੋਂ 30,000 ਦੇ ਕਰੀਬ ਨਕਸ਼ੇ ਪਾਸ ਕੀਤੇ ਜਾਂਦੇ ਨੇ। ਅਟਲ ਮਿਸ਼ਨ ਦੇ ਤਹਿਤ ਕੇਂਦਰ ਨੇ ਰਾਜ ਸਰਕਾਰਾਂ ਨੂੰ ਫੰਡ ਜਾਰੀ ਕਰਨੇ ਨੇ ਅਤੇ ਉਸ ਦੇ ਤਹਿਤ ਉਸ ਰਾਜ ਦੀਆਂ ਨਿਗਮਾਂ ਕਮੇਟੀਆਂ ਦੇ ਵਿੱਚ ਲੋਕਾਂ ਨੂੰ ਸਹੂਲਤ ਦੇਣੀ ਜ਼ਰੂਰੀ ਹੋਵੇਗੀ। ਆਨਲਾਈਨ ਨਕਸ਼ੇ ਦੇਣ ਦੀ ਸਹੂਲਤ ਸ਼ੁਰੂ ਕਰਨ ਦੇ ਲਈ ਲੋਕਾਂ ਨੂੰ ਨਕਸ਼ੇ ਬਾਰੇ ਸਾਰੀ ਜਾਣਕਾਰੀ ਅਤੇ ਫੀਸ ਦੀ ਅਦਾਇਗੀ ਵੀ ਕਰਨੀ ਪਵੇਗੀ, ਜਿਸ ਦੇ ਨਿਗਮਾਂ ਕਮੇਟੀਆਂ ਵਿੱਚ ਇਸ ਦੀ ਸਹੂਲਤ ਸ਼ੁਰੂ ਹੋ ਜਾਵੇਗੀ।